जी बरकत भट्टी साहब की हाल है? सलाम जी, तुहानू तीसरी वारी दिहाड़ी च तू जहमत दिती है, लभ के मैं पिछे गया वा तारे कसन दी गली च, वो जिहड़ा चौधरी शजात दे उत्थों इलैक्शन लड़दा पिया, फिर वो सलीम ज़िया वाली गली च गया वा, फिर मैं इधर गया वा यारां च उत्थे सरदार रहीम वाली गली च, ते तुहानू लभ के इदों जहमत दे रहे हैं भी तुहाडी गल ना बड़ी पसंद कर रहे हैं लोग, तो कहिंदे ने जी उहनां नूं पुछो ਵੀ ਇਹ ਵੋਟ ਵੇਚਣ ਦੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਨੂੰ ਕੋਈ ਘੁੱਟ ਕੇ ਪੈਗਾਮ ਦਿਓ ਤੇ ਕੀ ਆਂਦੇ ਹੋ? ਅਸੀਂ ਇਹ ਗੱਲ ਕਹਿੰਦੇ ਆ ਮਾੜੇ ਬੰਦੇ ਵੀ ਵੋਟ ਵੇਚੋ ਨਾ, ਬੱਚਿਆਂ ਨੂੰ ਇੱਕ ਥਾਂ ਜਿਹੜੇ ਨੇ ਸਿਲਸਿਲਾ ਜਿਹੜਾ ਅੱਛਾ ਲੱਗੇ ਬੰਦਾ ਉਹਨੂੰ ਦੇ ਦਿਓ। ਠੀਕ ਹੈ, ਜਿੱਥੇ ਵੀ ਬੈਠੇ ਹੋ, ਆ ਜਿੱਥੇ ਜਿੱਥੇ ਪਾੜੇ 'ਚ ਬੈਠੇ ਹੋ ਨਾ, ਜਿਹੜਾ ਅੱਛਾ ਆਦਮੀ ਲੱਗਦਾ ਉਹਨੂੰ ਦੇ ਦਿਓ। ਜਿਹੜੇ ਪਿੰਡ 'ਚ ਵੇਚੋ ਨਾ, ਕਿਉਂ ਵੇਚਣਾ ਬੜਾ ਨੁਕਸਾਨ ਹੈ। ਬਹੁਤ ਜੀ ਬੜਾ, ਦੁਨੀਆਂ ਦਾ ਵੀ ਚੋਰ ਤੇ ਰੱਬ ਦਾ ਵੀ ਚੋਰ। ਵਾਹ, ਦੁਨੀਆਂ ਦਾ ਵੀ ਚੋਰ ਤੇ ਰੱਬ ਦਾ ਵੀ ਚੋਰ, ਵਾਹ ਜੀ ਵਾਹ ਵਾਹ। ਔਰ ਫਿਰ ਅੱਜ ਜਿਹਨੂੰ ਵੋਟ ਵੇਚੋਗੇ ਉਹ ਫਿਰ ਕੱਲ ਤੁਹਾਨੂੰ ਇਕੱਠਿਆਂ ਨੂੰ ਵੇਚੇਗਾ ਅੱਗੇ ਕਿਰੇ? ਉਹ ਜੀ ਸਾਨੂੰ ਸਾਰਿਆਂ ਨੂੰ ਖੋਹੇ ਸੁੱਟ ਦੇਗਾ, ਵੇਚ ਦੇਗਾ। ਠੀਕ, ਇਸੇ ਲਈ ਜਿਹੜਾ ਅੱਛਾ ਬੰਦਾ ਉਹਨੂੰ ਦੇ ਦਿਓ ਤੇ ਵੇਚੋ ਨਾ ਬਸ। ਠੀਕ ਹੈ ਭੱਟੀ ਸਾਹਿਬ, ਸ਼ੁਕਰੀਆ ਤੁਹਾਨੂੰ, ਅੱਜ ਦਿਹਾੜੀ ਤਰੇ ਵਾਰੀ ਜ਼ਹਿਮਤ ਦਿੱਤੀ ਹੈ ਤੇ ਕੰਮ ਮੁੱਕ ਗਿਆ। ਮਿਹਰਬਾਨੀ ਜੀ, ਕੰਮ ਮੁੱਕ ਗਿਆ ਹੁਣ ਮੇਰਾ? ਹਾਂ ਮੇਰਾ ਤੇ ਅਜੇ ਤੋੜਦਿਆਂ ਫਿਰਦਿਆਂ ਦਿਹਾੜੀ ਸ਼ਾਮ ਹੋਣੀ ਹੈ। ਅੱਛਾ, ਚਲੋ ਬੜੀ ਮਿਹਰਬਾਨੀ, ਬੱਚਿਆਂ ਲਈ ਕਰ ਲਿਆ ਪਰ ਹੋਈ ਕਿ ਨਹੀਂ। ਤੇ ਜਿਹੜੇ ਵੋਟ ਵਿਚਾਰੇ ਵੇਚਦੇ ਨੇ ਉਹ ਵੀ ਤੇ ਬੱਚਿਆਂ ਲਈ ਕਰਦੇ ਨੇ? ਉਹ ਜੀ ਕਰਦੇ ਨੇ, ਉਹਨਾਂ ਨੂੰ ਸਮਝ ਨਹੀਂ ਨਾ ਪੂਰੀ, ਉਹ ਬੱਚਿਆਂ ਦਾ ਹਿਸਾਬ ਆ, ਖੂਨ ਵੇਚਦੇ ਨੇ। ਓਏ ਹੋਏ, ਬੱਚਿਆਂ ਦਾ ਖੂਨ ਵੇਚਦੇ ਨੇ ਭਾਜੀ? ਮੈਂ ਤਾਂ ਪੜ੍ਹ ਪਾਉਂਦਾ, ਤੁਸੀਂ ਪੜ੍ਹੇ ਹੋ, ਇਹ ਗਲਤ ਮੇਰੀ ਗੱਲ ਹੈ ਤੇ ਕੰਨੋਂ ਫੜ ਲਓ। ਬਿਲਕੁਲ ਠੀਕ, ਚਲੋ ਹੁਣ ਤੇ ਗੱਲ ਤੁਸੀਂ ਮੁਕਾ ਦਿੱਤੀ ਹੈ ਵੀ ਬੱਚਿਆਂ ਦਾ ਖੂਨ ਨਾ ਵੇਚੋ। ਠੀਕ ਹੈ, ਰੱਬ ਨੂੰ ਨਾਲੇ ਮੰਨਦੇ ਨੇ। ਠੀਕ ਠੀਕ ਹੈ ਭੱਟੀ ਸਾਹਿਬ, ਬੜੀ ਮਿਹਰਬਾਨੀ, ਸ਼ੁਕਰੀਆ। ਪਾੜਾ ਵੀ ਸਾਨੂੰ ਇੰਨੀ ਸੋਚ ਹੈ, ਸਾਨੂੰ ਇੰਨਾ ਆਸਾ ਹੋ ਗਿਆ ਵੇਚਦੀ ਰਹਿਣ। ਠੀਕ ਹੈ, ਸਾਨੂੰ ਤੇ ਕੋਈ ਅੱਲਾ ਦਾ ਬੰਦਾ ਐਸਾ ਹੋਵੇ ਜਿਹੜਾ ਸਮਝਦਾਰ, ਜਿਹੜਾ ਸਾਡਾ ਵੀ ਸੋਚੇ ਤੇ ਉਹ ਅੱਛਾ ਜਿਹੜਾ ਬੰਦਾ ਸਾਡੇ ਪਾੜੇ 'ਚ ਉਹਨੂੰ ਵੋਟ ਦੇਵੋ। ਚਲੋ ਮਿਹਰਬਾਨੀ, ਵਾਲਿਆਂ ਨੂੰ ਨੀਵੇਂ ਨੀਵੇਂ ਵਾਲਿਆਂ ਨੂੰ ਤੇ ਅੱਗੇ ਧੱਕੇ ਮਾਰਦੇ ਨੇ। ਚਲੋ ਠੀਕ ਹੈ ਜੀ, ਸ਼ੁਕਰੀਆ।